ਕਹਿੰਦੇ ਨੇ ਅਣਜਾਣ ਮਨੁੱਖ ਦੀ ਸੇਵਾ ਹੀ ਰੱਬ ਦੀ ਭਗਤੀ ਦਾ ਬਿਹਤਰੀਨ ਰਾਹ ਹੈ। ਮਨੁੱਖਤਾ ਦੀ ਸੇਵਾ ਦੇ ਮਿਸ਼ਨ ਨੂੰ ਮੁੱਖ ਰੱਖ ਕੇ ਸਮਾਜ ਸੇਵਾ ਵਿੱਚ ਜੁਟੇ ਮਿਸ਼ਨ ਪ੍ਰਭ ਆਸਰਾ ਨੇ ਆਪਣੇ ਇਸੇ ਵਿਚਾਰ ਨੂੰ ਅੱਗੇ ਵਧਾਉਂਦਿਆਂ ਨਵੀਂ ਸ਼ੁਰੂਆਤ ਕੀਤੀ ਹੈ ਲੁਧਿਆਣਾ ਵਿੱਚ। ਇੱਕ ਰਿਪੋਰਟ। ਨਿਆਸਰੀਆਂ ਦਾ ਘਰ ਪ੍ਰਭ ਆਸਰਾ ਮਨੁੱਖਤਾ ਦੀ ਸੇਵਾ ਚ ਰੁੱਝੇ ਇਸ ਮਿਸ਼ਨ ਨੂੰ 15 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ। ਲਗਾਤਾਰ ਆਪਣੀ ਸੁਚੱਜੀ ਸੋਚ ਤੇ ਚੰਗੇ ਕਰਮਾਂ ਰਾਹੀਂ ਸਮਾਜ ਸੇਵਾ ਦੇ ਖੇਤਰ ਚ ਰੁੱਝੇ ਹੋਏ ਇਸ ਅਦਾਰੇ ਨੇ ਹੁਣ ਇੱਕ ਹੋਰ ਪੜਾਅ ਹਾਸਿਲ ਕੀਤਾ ਹੈ। ਨਿਆਸਰੀਆਂ ਦੇ ਘਰ ਵਜੋਂ ਮਸ਼ਹੂਰ ਇਸ ਅਦਾਰੇ ਵੱਲੋਂ ਹੁਣ ਸਿਹਤ ਸਹੂਲਤਾਂ ਦੇ ਖੇਤਰ 'ਚ ਵੀ ਇੱਕ ਮੀਲ ਪੱਥਰ ਕਾਇਮ ਕੀਤਾ ਗਿਆ ਹੈ। ਲੁਧਿਆਣਾ ਦੀ ਤਹਿਸੀਲ ਰਾਏਕੋਟ ਤੋਂ ਤਕਰੀਬਨ 15 ਕਿਲੋਮੀਟਰ ਦੂਰ ਪਿੰਡ ਫੇਰੂਰਾਈ 'ਚ ਅਦਾਰੇ ਵੱਲੋਂ ਇੱਕ ਹੋਰ ਆਸਰੇ ਦੀ ਉਸਾਰੀ ਕੀਤੀ ਗਈ ਹੈ, ਜਿੱਥੇ ਨਾ ਸਿਰਫ ਨਿਆਸਰੇ ਲੋਕਾਂ ਨੂੰ ਆਸਰਾ ਮਿਲੇਗਾ ਸਗੋਂ ਮਾਨਸਿਕ ਤੇ ਸਰੀਰਕ ਤੌਰ ਤੇ ਬਿਮਾਰ ਲੋਕਾਂ ਦਾ ਇਲਾਜ ਵੀ ਕੀਤਾ ਜਾਏਗਾ। ਇੱਕ ਸਮਾਗਮ ਦੇ ਰਾਹੀਂ ਬਕਾਇਦਾ ਇਸ ਥਾਂ ਦੀ ਸ਼ੁਰੂਆਤ ਕੀਤੀ ਗਈ। ਇਹ ਕੋਸ਼ਿਸ਼ ਸਿਰੇ ਨਾ ਚੜ੍ਹਦੀ ਜੇਕਰ NRI ਇਸ ਲਈ ਯੋਗਦਾਨ ਨਾ ਦਿੰਦੇ। ਲੁਧਿਆਣਾ ਨੇੜੇ ਸ਼ੁਰੂ ਕੀਤੀ ਨਵੀਂ ਬ੍ਰਾਂਚ ਕੈਨੇਡਾ ਦੇ ਸਰੀ ਤੋਂ ਆਏ NRI ਨੇ ਵੀ ਆਪਣਾ ਯੋਗਦਾਨ ਦਿੱਤਾ ਹੈ। ਕਈ ਘਰ ਦੇ ਰਸਤੇ ਭੁੱਲ ਗਏ ਜਾਂ ਬਹੁਤ ਸਾਰੇ ਹੋਰ ਕਾਰਨਾਂ ਕਰਕੇ ਆਪਣੀ ਸੰਭਾਲ ਤੋਂ ਮਥਾਜ ਹੋ ਕੇ ਸੜਕਾਂ 'ਤੇ ਰੁਲਦੇ ਹੈ, ਅਲੱਗ ਅਲੱਗ ਜਗ੍ਹਾ 'ਤੇ ਰੁਲਦੇ ਹੈ, ਵੀ ਉਹਨਾਂ ਨੂੰ ਠੀਕ ਹੋਣ ਦਾ ਮੌਕਾ ਮਿਲਣਾ ਚਾਹੀਦਾ ਤਾਂ ਕਿ ਉਹ ਵੀ ਦੁਬਾਰੇ ਆਦਰਸ਼ ਕਰਨ ਜ਼ਿੰਦਗੀ ਜੀ ਸਕਣ। ਇਸੇ ਮਿਸ਼ਨ ਤਹਿਤ ਗੁਰੂ ਸਾਹਿਬ ਦਾ ਜੋ ਸਿਧਾਂਤ ਹੈ, ਜੋ ਇਤਿਹਾਸ ਹੈ, ਉਸੇ ਤੋਂ ਪ੍ਰੇਰਨਾ ਲੈ ਕੇ ਪ੍ਰਭ ਆਸਰਾ ਸੰਸਥਾ ਹੁਣ ਇਸ ਇਲਾਕੇ ਦੇ ਵਿੱਚ ਜਿਹੜਾ ਕਿ ਤਹਿਸੀਲ ਰਾਏਕੋਟ ਦੇ ਵਿੱਚ ਲਾਗੇ ਜਗਰਾਵਾਂ ਹੋ ਗਿਆ, ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬਰਨਾਲੇ ਲਾਗ ਪਾਸ ਦੇ ਏਰੀਏ ਦੇ ਵਿੱਚ ਐਸੇ ਨਾਗਰਿਕਾਂ ਦੀ ਮੌਕੇ 'ਤੇ ਸੰਭਾਲ, ਇਲਾਜ ਅਤੇ ਪੁਨਰਵਾਸ ਦੇ ਲਈ ਯਤਨਸ਼ੀਲ ਰਹੇਗਾ ਅਤੇ ਐਂਬੂਲੈਂਸ 24 ਘੰਟੇ ਇੱਥੇ ਸੇਵਾਵਾਂ ਨਿਭਾ ਰਹੀ ਹੈ। ਸੇਵਾਵਾਂ ਸਾਰੀਆਂ ਬਹੁਤ ਵਧੀਆ ਨੇ, ਪਰ ਅੱਖਾਂ ਨਾਲ ਦੇਖ ਕੇ ਕੁਰਾਲੀ ਚੱਲ ਜਾਓ। ਮੈਂ ਤਾਂ ਇਹ ਕਹਿੰਦਾ ਜਿੱਥੇ ਮੈਂ ਗਿਆ ਤੁਸੀਂ ਦੇਖ ਕੇ ਉੱਥੇ ਦੇਖ ਕੇ ਪੇਸ਼ੈਂਟਾਂ ਨੂੰ ਅੱਗੋਂ ਪਿੱਛੋਂ ਮਿਲੋ ਅਤੇ ਮਿਲ ਕੇ ਆਪਣੀਆਂ ਅੱਖਾਂ ਨਾਲ ਦੇਖ ਕੇ ਫਿਰ ਆਪਾਂ ਉੱਥੇ ਸੇਵਾ ਕਰੀਏ। ਜੇ ਤੁਹਾਡਾ ਦਿਲ ਮੰਨੇ ਤਾਂ ਫਿਰ ਸੇਵਾ ਕਰੋ, ਦੇਖ ਕੇ ਪਤਾ ਲੱਗੋ ਜਾਣੀ। ਜਿੱਦਾਂ ਕਹਿੰਦੇ ਨੇ ਗੁਰਬਾਣੀ ਦੀ ਵਾਕ ਆਉਂਦਾ, ਅਕਲੀ ਸਾਹਿਬ ਸੇਵੀਏ ਅਕਲੀ ਕੀਜੇ ਦਾਨ। ਬਸ ਅਕਲ ਦੇ ਨਾਲ ਸਾਰਾ ਕੁਛ ਹੋਣਾ, ਅਕਲ ਦੇ ਨਾਲ ਆਪਾਂ ਦੇਖ ਕੇ ਦਾਨ ਕਰੋ। ਇੱਕ ਵੱਡੇ ਮੈਦਾਨ 'ਚ ਤਿਆਰ ਇਮਾਰਤ 'ਚ ਨਾ ਸਿਰਫ ਹਸਪਤਾਲ ਦੀ ਸਥਾਪਨਾ ਕੀਤੀ ਗਈ ਹੈ ਸਗੋਂ ਮਰੀਜ਼ਾਂ ਤੇ ਲੋੜਵੰਦਾਂ ਦੀ ਇੱਥੇ ਹਰ ਸਹੂਲਤ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਬਕਾਇਦਾ ਇੱਥੇ ਐਂਬੂਲੈਂਸ ਦਾ ਇੰਤਜ਼ਾਮ ਵੀ ਕੀਤਾ ਗਿਆ ਜੋ ਕਿਸੇ ਵੀ ਮੁਸ਼ਕਿਲ 'ਚ ਫੌਰਨ ਮਦਦ ਮੁਹੱਈਆ ਕਰਾਏਗੀ। ਪ੍ਰਭ ਆਸਰਾ ਦੇ ਵਿੱਚ ਜਿੰਨੀ ਵੀ ਸੇਵਾ, ਜਿੰਨੇ ਕੁ ਪੇਸ਼ੈਂਟ ਸਾਡੇ ਕੋਲ ਇੱਥੇ ਆਏ ਆ, ਅਸੀਂ ਸਾਰੇ ਫ੍ਰੀ ਸੇਵਾ ਕਰਦੇ ਹਾਂ। ਨਗਰ ਵੀ ਸਾਡਾ ਨਾਲ ਬਹੁਤ ਸਹਿਯੋਗ ਦਿੰਦਾ ਜੀ, ਅਤੇ ਇਲਾਕੇ ਦੀਆਂ ਸੰਗਤਾਂ ਵੀ ਬਹੁਤ ਸਹਿਯੋਗ ਦਿੰਦੀਆਂ ਜੀ। ਸੰਸਥਾ ਬਣਾਈ ਹੈ, ਇਹ ਸਾਰੇ ਇਲਾਕੇ ਦੇ ਨਗਰ ਦੇ ਸਹਿਯੋਗ ਦੇ ਨਾਲ ਇਹ ਸੰਸਥਾ ਬਣੀ ਹੈ। ਇੱਥੇ ਤਕਰੀਬਨ ਹੁਣ ਤੱਕ 25 ਕੁ ਪੇਸ਼ੈਂਟ ਆ ਚੁੱਕੇ ਹਨ, ਜਿਨ੍ਹਾਂ ਦੀ ਸੇਵਾ ਸੰਭਾਲ ਸਾਰੀ ਸੰਸਥਾ ਦੇ ਵੱਲੋਂ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ। ਸੋਚ ਸੁਚੱਜੀ ਹੈ, ਕੋਸ਼ਿਸ਼ ਲਗਾਤਾਰ ਜਾਰੀ ਹੈ ਤੇ ਆਸ ਸਰਕਾਰ ਤੋਂ ਹੈ ਕਿ ਉਹ ਆਪਣੇ ਪੱਧਰ ਤੇ ਜਿੰਨਾ ਹੋ ਸਕੇ ਉਨੀ ਮਦਦ ਇਸ ਅਦਾਰੇ ਦੀ ਕਰੇ ਤਾਂ ਜੋ 1700 ਤੋਂ ਵੱਧ ਦਾਖਿਲ ਹੋਏ ਨਾਗਰਿਕਾਂ ਚੋਂ ਹੁਣ ਤੱਕ 1100 ਤੋਂ ਵੱਧ ਦਾ ਇਲਾਜ ਹੋ ਚੁੱਕਿਆ ਹੈ ਤੇ ਇਸੇ ਸਿਲਸਿਲੇ ਨੂੰ ਅੱਗੇ ਜਾਰੀ ਰੱਖਣ ਦੀ ਲੋੜ ਮਦਦ ਦੀ ਹੈ ਤੇ ਮਦਦ ਲਈ ਆਸ ਇਕੱਲੇ ਸਰਕਾਰ ਨਹੀਂ ਸਗੋਂ ਹਰ ਕਿਸੇ ਤੋਂ ਹੈ। ਲੁਧਿਆਣਾ ਤੋਂ ਨਰਿੰਦਰ ਮਹਿੰਦਰੂ ਦੇ ਨਾਲ ਨਿਊਜ਼ ਡੈਸਕ ਰਿਪੋਰਟ, ਚਸ ਪੰਜਾਬੀ।